ਅਬ ਅੱਜ ਇਹ ਕੌਮ ਟੀ ਵੀ ਦੇ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜੋ ਅੱਜ ਸਵੇਰੇ ਸੁਲਤਾਨਪੁਰ ਲੋਧੀ ਤੁਸੀਂ ਵੇਖਿਆ ਸੀ, ਜੋ ਇਸ ਠੇਕੇ ਦੇ ਵਿਰੋਧ ਦੇ ਵਿੱਚ ਜੋ ਠੇਕਾ ਤੁਸੀਂ ਵੇਖਿਆ ਕਿ ਇੱਥੇ ਲੰਗਰ ਹਾਲ ਦੇ ਸਾਹਮਣੇ ਠੇਕਾ ਖੁੱਲ੍ਹਾ ਸੀ ਔਰ ਇੱਥੇ ਧਰਨਾ ਲਾਇਆ ਗਿਆ ਸੀ, ਉਹ ਧਰਨਾ ਇਸ ਵਿਰੋਧ ਦੇ ਵਿੱਚ ਸੀ ਕਿ ਠੇਕਾ ਇੱਥੇ ਨਹੀਂ ਹੋਣਾ ਚਾਹੀਦਾ। ਬਾਅਦ ਦੇ ਵਿੱਚ ਕੀ ਹੋਇਆ ਕਿ ਪੁਲਿਸ ਨੇ ਆ ਕੇ ਇੱਥੇ ਸਿੰਘਾਂ ਦੀ ਗ੍ਰਿਫਤਾਰੀ ਪਾਈ। ਗ੍ਰਿਫਤਾਰੀ ਤੋਂ ਬਾਅਦ ਜੋ ਵੀ ਸਿੱਖਾਂ ਦਾ ਸਿੱਖ ਸੰਗਤਾਂ ਦਾ ਔਰ ਸਿੰਘਾਂ ਦਾ ਜੋਸ਼ ਵੇਖਦੇ ਹੋਏ ਪੁਲਿਸ ਉਹਨਾਂ ਦੇ ਅੱਗੇ ਉਹਨਾਂ ਨੂੰ ਇੰਨਾ ਫੈਸਲੇ ਚੁੱਕਣਾ ਪਿਆ ਔਰ ਉਹਨਾਂ ਨੇ ਅੱਜ ਇਹ ਫੈਸਲਾ ਕੀਤਾ ਆ ਕਿ ਇਹ ਠੇਕਾ ਜਿਹੜਾ ਵਾ ਉਹ ਸਦਾ ਵਾਸਤੇ ਇੱਥੋਂ ਬੰਦ ਕੀਤਾ ਜਾਊਗਾ ਔਰ ਸ਼ਹਿਰ ਦੇ ਵਿੱਚ ਦੋ ਹੋਰ ਠੇਕੇ ਆ ਉਹ ਵੀ ਬੰਦ ਕਰ ਦਿੱਤੇ ਜਾਣਗੇ। ਅੱਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਸ਼ਨਲ ਪੰਥਕ ਦਲ ਅਤੇ ਸਮੂਹ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਵੱਲੋਂ ਜੋ ਸੁਲਤਾਨਪੁਰ ਲੋਧੀ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਮੁਹਿੰਮ ਵਿੱਢੀ ਗਈ ਸੀ, ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ SDM ਸਾਹਿਬ ਨੂੰ, ਉਸ ਤੋਂ ਬਾਅਦ ਜੋ ਵੀ 13 ਤਰੀਕ ਦਾ ਅਲਟੀਮੇਟਮ ਸੀਗਾ, ਅੱਜ ਜਦੋਂ ਅਸੀਂ ਆਏ ਤਾਂ ਠੇਕੇ ਖੁੱਲ੍ਹੇ ਸੀ। ਫਿਰ ਸਿੱਖ ਸੰਗਤਾਂ ਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਕਾਰਵਾਈ ਕੀਤੀ, ਉਸ ਤੋਂ ਬਾਅਦ ਹੁਣ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲਾ ਹੋਇਆ ਕਿ ਜਿਹੜਾ ਠੇਕਾ ਲੋਹੀਆਂ ਰੋਡ ਦੇ ਉੱਤੇ ਆ ਉਹ ਹੁਣ ਤੋਂ ਹੀ ਪੱਕੇ ਤੌਰ 'ਤੇ ਬੰਦ ਹੈ, ਅਤੇ ਬਾਕੀ ਜਿਹੜੇ ਦੋ ਹੋਰ ਠੇਕੇ ਆ ਸ਼ਹਿਰ ਦੇ ਵਿੱਚ ਉਹ ਵੀ ਮੰਗਲਵਾਰ ਸ਼ਾਮ ਤੱਕ ਸਿਰਫ ਇੰਨਾ ਟਾਈਮ ਲਿਆ ਕਿ ਅਸੀਂ ਉਹਦੇ ਵਿੱਚੋਂ ਸਮਾਨ ਕੱਢ ਲਈਏ, ਉਸ ਤੋਂ ਬਾਅਦ ਉਹ ਠੇਕੇ ਮੰਗਲਵਾਰ ਸ਼ਾਮ ਨੂੰ ਬੰਦ ਕਰ ਦਿੱਤੇ ਜਾਣਗੇ। ਸੋ ਮੈਂ ਸਮੂਹ ਸੰਗਤਾਂ ਦਾ, ਜਥੇਬੰਦੀ ਦੇ ਸਮੂਹ ਆਗੂ ਸਾਹਿਬਾਨਾਂ ਦਾ, ਸਿੰਘ ਸਾਗ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਵਿਸ਼ੇਸ਼ ਤੌਰ 'ਤੇ ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ ਮੁੱਖ ਬੁਲਾਰਾ ਦਮਦਮੀ ਟਕਸਾਲ, ਬਾਬਾ ਸਵਰਨਜੀਤ ਸਿੰਘ ਜੀ ਪ੍ਰਧਾਨ ਤਰਨਾ ਦਲ, ਅਤੇ ਬਾਬਾ ਸਤਨਾਮ ਸਿੰਘ ਜੀ ਵੱਲੀਆਂ, ਭਾਈ ਕਿਰਪਾ ਸਿੰਘ ਜੀ, ਅਤੇ ਸਮੂਹ ਸੰਗਤਾਂ ਦਾ ਜੋ ਵੀ ਇੱਥੇ ਅੱਜ ਪਹੁੰਚੇ ਆ ਸਭ ਨੂੰ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਬਾਦ ਦਿੰਦਾ ਹਾਂ। ਸੋ ਮੈਂ ਮੀਡੀਆ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਗਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸ ਸਾਰੀ ਕਵਰੇਜ ਕੀਤੀ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।